ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਆ, ਕਿਵੇਂ ਜੀ ਸਿਹਤਾਂ, ਹੋਰ ਸੁਣਾਓ। ਤਾਂ ਅੱਜ ਪਹੁੰਚੇ ਹਾਂ ਜੀ ਆਪਾਂ, ਇਹ ਪਿੰਡ ਕਹਿੰਦੇ ਕਿਹੜਾ, ਇਹ ਬੁੱਗੀਪੁਰਾ ਆ ਜਾਂਦਾ, ਬੁੱਗੀਪੁਰੇ ਦਾ ਪਿੰਡ ਆ ਜਾਂਦਾ, ਖੇਤਾਂ 'ਚ ਆਊਂਗਾ ਘਰ ਹਨ, ਇਹ ਬੁੱਗੀਪੁਰੇ ਦਾ ਪਿੰਡ ਆ ਜੀ। ਅਤੇ ਵੀਰ ਚੱਲਿਆ ਬਾਹਰ ਤਾਂ ਛੋਟੇ ਤੋਂ ਲਾ ਕੇ ਵੱਡਾ ਐਨੀਮਲ ਹਰ ਪ੍ਰਕਾਰ ਦਾ ਜਿਹੜਾ ਸਾਰੇ ਫਾਰਮ ਦੇ ਵਿੱਚ ਹੈ, ਕੋਈ ਮਰਜ਼ੀ ਜਿਹੜਾ ਤੁਹਾਨੂੰ ਸੈੱਟ ਲੱਗਦੀ ਹੈ, ਕੱਟੀ ਲੱਗਦੀ ਹੈ, ਕੋਈ ਠੀਕ ਹੈ ਗਾਂ ਲੱਗਦੀ ਹੈ, ਕੋਈ ਵੱਛੀ ਲੱਗਦੀ ਹੈ, ਕੋਈ ਮਰਜ਼ੀ ਤੁਸੀਂ, ਤਾਂ ਵੀਡੀਓ ਵੀ ਤੁਹਾਨੂੰ ਦਿਖਾਉਣੀ ਹੈ ਅਤੇ ਡਿਟੇਲ ਤੁਹਾਨੂੰ ਪਹਿਲੀ ਦੱਸਤੀ ਵੀ ਗੌਰ ਨਾਲ ਦੇਖੋ, ਕੱਟੀਆਂ ਕੁੱਟੀਆਂ ਝੋਟੀਆਂ ਮੱਝਾਂ ਠੀਕ ਆ ਗਾਵਾਂ, ਤਾਂ ਸਾਰਾ ਜਿਹੜਾ ਫਾਰਮ ਹੈ ਬਾਈ ਨੇ, ਕਿਉਂਕਿ ਆਪ ਜਦੋਂ ਬਾਹਰ ਚੱਲਿਆ ਮਗਰ ਕੋਈ ਸਾਹਮਣ ਵਾਲਾ ਹੈ ਨਹੀਂ, ਠੀਕ ਆ ਜੀ। ਤਾਂ ਉਦੋਂ ਬਾਅਦ ਐਂ ਆ ਡਿਸਾਈਡ ਕੀਤਾ ਵੀ ਚੱਲ ਯਾਰ ਬਾਹਰ ਜਾਣ ਤੋਂ ਪਹਿਲਾਂ ਵੀ ਆਪਾਂ ਇਹਨਾਂ ਨੂੰ ਦੇ ਦਈਏ, ਵੀ ਮੁੜ ਕੇ ਫਾਇਦਾ ਨਹੀਂ ਹੁੰਦਾ, ਕਹਿੰਦੇ ਦਾ ਭਾਵ ਕਹਿੰਦਾ ਜਦੋਂ ਬੰਦਾ ਇਹ ਮੇਨ ਆ ਜਿਹੜਾ ਕੰਮ ਕਰਨ ਵਾਲਾ। ਓਕੇ ਗੱਗੇ, ਸਾਰਾ ਏਰੀਏ ਨੂੰ ਪਤਾ ਵਾ ਉਹਦੇ ਕਰਕੇ, ਤੇ ਸਾਰੇ ਪਸ਼ੂਆਂ ਦਾ ਰਿਕਾਰਡ ਹੈਗਾ, ਮਾਵਾਂ ਦਾ ਰਿਕਾਰਡ ਵੀ ਇਹਦੇ ਕੋਲੇ ਹੈ। ਉਹ ਗੁੱਡੀ ਦੀ ਮੈਰਿਜ ਕਰਤੀ, ਮਾਤਾ ਜੀ ਦੀ ਡੈਥ ਹੋ ਗਈ, ਫਿਰ ਹੁਣ ਦੋਨੇ ਹੀ ਰਹਿ ਗਏ, ਤੇ ਇਹਨੇ ਵੀ ਬਾਹਰ ਜਾਣਾ ਹੁਣ। ਤੇ ਹੋਰ ਫਿਰ ਕਹਿ ਮਾ ਬਾਈ, ਵਧੀਆ ਵੀਰ, ਵਧੀਆ ਹੋ, ਠੀਕ ਹੈ, ਵਧੀਆ ਵਧੀਆ, ਤੇ ਫਿਰ ਕਰ ਲਈਆਂ ਬਾਹਰ ਦੀਆਂ ਤਿਆਰੀਆਂ, ਹੋਰ ਹੋਰ, ਠੀਕ ਹੈ ਠੀਕ ਹੈ, ਫਿਰ ਜਿਵੇਂ ਜਿਵੇਂ ਸੀਗਾ ਤੇ ਡਿਟੇਲ ਆਪਾਂ ਸਾਰੀ ਤੁਹਾਨੂੰ ਨਾਲ ਦੀ ਨਾਲ ਦੱਸੀ ਚੱਲਾਂਗੇ। ਓਕੇ ਓਕੇ ਬਾਈ, ਆਪਾਂ ਲਓ ਵੀ ਮਿੱਤਰੋ ਪਹਿਲਾਂ ਪਿੱਠ ਪੁੜਾ ਤੁਸੀਂ ਦੇਖੋ, ਨਾਲੇ ਕੱਟਾਂ ਦੇ ਥਾਂ ਤੋਂ ਦੇਖੋ, ਇੱਥੋਂ ਹੀ ਸਟੇਟ ਸਟਾਰਟ ਕਰਦੇ ਹਾਂ ਗ੍ਰੇਡਡ ਕੱਟੀ ਤੋਂ ਹੀ, ਤਾਂ ਵੀ ਬਾਈ ਕੀ ਰਿਕਾਰਡ ਸੀ ਇਹਦੀ ਮਾਂ ਦਾ, ਕਿਹੜੇ ਟੀਕੇ ਦੀ ਇਹ, ਤਾਂ ਬਾਈ ਆ ਨੇੜੇ, ਤਾਂ ਆਪਾਂ ਪਹਿਲੀ ਕੱਟੀ ਤੋਂ ਆਪਾਂ ਸਟਾਰਟ ਕਰਕੇ ਕੀ ਇਹਦਾ ਰਿਕਾਰਡ ਆ ਬਾਈ, ਕਿੰਨਾ ਦੁੱਧ ਸੀਗਾ ਇਹਦੀ ਮਾਂ ਦਾ? ਇਹਦੀ ਮਾਂ ਥੱਲੇ ਬਾਈ 13-14 ਕਿਲੋ ਦੁੱਧ ਆਪਣੇ ਕੋਲੇ, ਹੁਣ ਇਹਦੀ ਮਾਂ ਵੀ ਹੈਗੀ ਆ। ਓਕੇ, ਇਹਦੀ ਮਾਂ ਵੀ ਹੈਗੀ ਆ, 13-14 ਕਿਲੋ ਦੁੱਧ ਹੈ, ਤੇ ਇਹ ਕਿੰਨੇ ਟਾਈਮ ਦੀ ਹੋ ਗਈ ਬਾਈ? ਇਹ ਬਾਈ 1.5 ਸਾਲ ਤੋਂ ਉੱਤੇ ਹੋ ਗਈ। ਅੱਛਾ, ਇਹ 1.5 ਸਾਲ ਤੋਂ ਉੱਤੇ ਹੋ ਗਈ ਹੈ, ਇਹ ਮੀਣੀ ਆ ਜਾਨੀ ਕਿ ਇਹਦੀ ਮਾਂ ਦੇ ਵੀ ਸਿੰਗ ਇਦਾਂ ਹੀ ਆ, ਇਦਾਂ ਹੀ ਆ, ਗ੍ਰੇਡਡ ਹੈ, ਨੀਲੀ ਰਾਵੀ ਦੀ ਆ ਬਾਈ, ਇਹ ਗ੍ਰੇਡਡ ਨੀਲੀ ਰਾਵੀ, ਤਾਂ ਥਾਂ ਤੁਹਾਨੂੰ ਬਹੁਤ ਸੋਹਣਾ ਥਾਂ, ਮਗਰੋਂ ਵੀ ਚੌੜੀ ਚੁੜੀ ਦੇਖੋ, ਥਾਂ ਇਹਦਾ ਵੀ ਬਹੁਤ ਸੋਹਣਾ, ਚੌੜੀ ਪਿੱਠਾ ਇਹਦਾ ਵੀ ਬਹੁਤ ਸੋਹਣਾ, ਤੇ ਇਹ ਕੱਟੀ ਬਈ ਕਿਹੜੇ ਟੀਕੇ ਦੀ ਹੈ? ਇਹਦੇ ਸੈਗ ਦੀ 40-160 ਦੀਆਂ ਦੋਨੇ ਹੀ, 40-160 ਦੀ, ਇਹਦੇ ਵੀ ਥੋੜੀ ਜੀ ਮੱਥੇ ਦੇ ਥੋੜਾ ਨਿਸ਼ਾਨ ਆ ਨਾ, ਇਹ ਵੀ ਗ੍ਰੇਡਡ ਚ ਪੈ ਜਾਂਦੀ ਹੈ। ਤਾਂ ਉਦੋਂ ਬਾਅਦ ਇਹ ਕੱਟੀ, ਇਹ ਵੀ ਬਾਈ ਗ੍ਰੇਡਡ ਜੀ ਆਉਂਦੀ ਆ, ਇਹ ਕਿਹੜੇ ਦੀ ਹੈ? ਇਹ ਵੀ ਸੈਗ ਦਾ ਹੀ ਆ ਸੀਮਨ, ਸੈਗ ਦੀ ਸੀਮਨ ਹੈ, ਤੇ ਉਦੋਂ ਬਾਅਦ ਇਹ ਵੀ ਕੱਟੀ ਗ੍ਰੇਡਡ ਜੀ ਆ ਗਈ ਆਪਣੀ, ਤਾਂ ਇਹਦੇ ਕਿਹੜਾ ਸੀਮਨ ਸੀਗਾ ਬਾਈ? ਸੈਗ ਹੀ, ਸਾਰਾ ਸੈਗ ਹੀ ਲੱਗਿਆ, ਸੈਗ ਹੀ ਲੱਗਿਆ ਬਾਬਾ ਜੀ। ਆ ਆਪਣੀ ਹੈਗੀ ਆ 75-77 ਖਾਣ ਤੋਂ ਗੱਬਣ। ਓਕੇ, 75-77 ਖਾਣ ਤੋਂ ਗੱਬਣ, ਕਿੰਨੇ ਟਾਈਮ ਦੀ ਬਾਈ? 3 ਮਹੀਨੇ ਦੀ ਚੈੱਕ ਪਾਸ ਆ, 3 ਮਹੀਨੇ ਦੀ ਚੈੱਕ ਪਾਸ, ਬਹੁਤ ਸੋਹਣੀ ਚੋਟੀ ਹੈ, ਸਿੰਗਾ ਸੁੰਗਾ ਕਰਨ ਉਹ ਵੀ। ਤਾਂ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਦੂਜੀ, ਇਹ M51, M51 ਇਹ ਵੀ ਖਾਣ ਤੋਂ ਗੱਬਣ, ਇਹ ਵੀ ਖਾਣ ਤੋਂ ਗੱਬਣ, ਕਿੰਨੇ ਟਾਈਮ ਦੀ? ਇਹ 3 ਮਹੀਨੇ, ਦੋਨੇ ਇੱਕੋ ਜਿਹੀ, ਇੱਕ ਦਿਨ ਹੀ ਟੀਕੇ ਰੱਖੇ ਸੀ ਇਹਨਾਂ ਦੇ। ਠੀਕ ਹੈ ਜੀ, ਚਲੋ ਇਹਨਾਂ ਦੋਨਾਂ ਨੂੰ ਛੱਡੋ, ਇਹ ਕਹਿੰਦੇ ਵੀ ਚੱਲ ਅਸੀਂ ਕਿਸੇ ਯਾਰ ਦੋਸਤ ਨੂੰ ਦੇਣੀ ਆ, ਤੇ ਉਦੋਂ ਬਾਅਦ ਇਹ ਕੱਟੀ ਆ ਗਈ ਬਾਈ। ਇਹ 30-099 ਕਪਤਾਨ ਜਿਹੜਾ ਖਲੀ ਦਾ ਉਹਦੀ ਕੱਟੀ। ਹਾਂਜੀ, ਇੱਕ ਚੀਜ਼ ਚੱਲਦੀ ਵੀਡੀਓ ਦੱਸਾਂ, ਜਿਹੜੇ ਭਰਾ ਮੇਲੇ ਵਾਲੇ ਫੋਨ ਲਾਉਂਦੇ ਵੀ ਬਾਈ ਵਾਲ ਕੱਟਦੇ, ਉਹਨਾਂ ਨੂੰ ਤਾਂ ਰੋਕਦੇ ਹੁੰਦੇ ਸੀ ਵੀ ਬਾਈ ਮੌਕੇ ਦੇ ਵਾਲ ਨਹੀਂ ਕੱਟਦੇ, ਐਂ ਚਿੱਟਾ ਨਿਕਲ ਜਾਂਦਾ ਡੱਬ, ਇਹ ਘੱਟੋ ਘੱਟ 20, ਹਾਂ ਦੂਜਿਆਂ ਦੇ ਕੱਟੀਆਂ ਨਹੀਂ ਕਾਲੀਆਂ ਲੱਗਦੀਆਂ, ਪਰ ਜਦੋਂ ਵਾਲ ਕੱਟਦੇ ਐਂ ਥੱਲੋਂ ਚਿੱਟੀਆਂ ਨਿਕਲੀਆਂ, ਇਹ 20-25 ਦਿਨਾਂ 'ਚ ਰੰਗ ਕਾਲਾ ਹੁੰਦਾ ਹੁੰਦਾ, ਤਾਂ ਹੀ ਹੁੰਦਾ ਵੀ ਮੇਲੇ ਤੋਂ 2 ਮਹੀਨੇ ਪਹਿਲਾਂ ਵਾਲ ਕੱਟਿਆ ਕਰੋ, ਚੀਜ਼ ਦੇਖ ਕੇ ਯਾਦ ਆ ਜਾਂਦਾ ਤੁਹਾਨੂੰ ਦੱਸਤਾ, ਅਤੇ ਥਾਂ ਥਾਂ ਦੇਖੋ ਕਿੰਨਾ ਸੋਹਣਾ ਗਾ, ਤਾਂ ਇਹ ਬੜਾ ਸੋਹਣਾ ਹੈ ਨਾ, ਨਹੀਂ ਨਹੀਂ ਸਾਫ ਸਾਰੀਆਂ ਕੱਟੀਆਂ, ਥਣਾ ਥੁਣਾ ਦਾ ਬਹੁਤ ਚੰਗੀਆਂ, ਚੱਡੇ ਚੁੱਡੇ ਸੀਮਨ ਸਾਰਾ ਹੀ, ਮਤਲਬ ਵਧੀਆ ਰੱਖਿਆ। AM188 ਇਹਦਾ ਕੱਟਾ, ਉਹਦਾ ਬੱਲੀ ਦਾ, ਬੱਲੀ ਦਾ ਕੱਟਾ ਆ ਗਿਆ, ਤਾਂ ਬਾਈ ਇਹ ਵੀ ਥਣਾ ਥੁਣਾ ਦੀ ਬਹੁਤ ਸੋਹਣੀ ਹੈ। ਇਹ ਇਹ ਕਿਵੇਂ ਸੂਣ ਵਾਲੀ ਹੈ? ਇਹ ਨਹੀਂ, ਇਹ ਸੂਈ ਇਹਦਾ ਬੱਚਾ ਮਾਰ ਗਿਆ ਸੀ, ਕੱਟਾ ਸੀ ਇਹਦੇ ਮਗਰ। ਤੇ ਦੁੱਧ ਕਿੰਨਾ, ਦੁੱਧ ਕਿੰਨਾ ਦੇਈ ਜਾਂਦੀ ਹੈ? ਉਹਦੇ ਕੋਲ 12 ਕਿਲੋ ਠੰਡਾ ਦੁੱਧ ਆ, ਠੰਡਾ 13-14 ਕਹੀਆ 12 ਕਿਲੋ ਕਰਕੇ ਦੇ, 12 ਕਿਲੋ ਦੁੱਧ ਆ, ਤੇ ਜਾਨੀ ਕਿ ਬੱਚਾ ਮਰ ਗਿਆ, ਗੱਬਣ ਹੈ ਨਹੀਂ ਅਜੇ ਝੂਠ ਵਾਲਿਆਂ 'ਚ, ਕੋਈ ਨਹੀਂ ਗਾ। AM188 ਦੀ ਆ, ਥਣ ਥੁਣ ਦਿਖਾ ਦਿਓ ਬਾਕੀ ਬਾਈ ਜੀ, ਜਿੱਥੇ ਤੁਹਾਨੂੰ ਪਤਾ ਹੀ ਹੈ ਗੱਗੇ ਵਰਗੇ ਭਰਾ ਕੰਮ ਕਰਦੇ, ਉੱਥੇ ਝੂਠ ਵਾਲਾ ਕੰਮ ਹੁੰਦੇ ਹੀ ਨਹੀਂ, ਬਸ ਲਿਖਣਾ ਹੀ ਨਹੀਂ ਝੂਠ, ਮੁੜ ਕੇ ਗਾਂ ਵੀ ਬੰਦਿਆਂ ਦੇ ਮੂਹਰੇ ਖੜਨਾ ਵਾ, ਮੂਹਰੇ ਖੜਨਾ, ਬਿਲਕੁਲ ਬਿਲਕੁਲ ਬਾਈ, ਤੇ ਬਹੁਤ ਸੋਹਣੀ ਆ ਬਾਈ ਜੀ, ਇਹ ਵੀ ਦੇਖੋ ਝੋਟੀ। ਤੇ ਦੂਜੀ ਗੱਲ ਬਾਈ ਜੀ, ਇਹਨੂੰ ਤਾਂ ਆਪਾਂ ਖੋਲ ਕੇ ਦਿਖਾ ਦਈਏ ਬਾਈ, ਖੋਲ ਕੇ ਤੋਰ, ਇਹਦਾ ਰਿਕਾਰਡ ਨਹੀਂ ਕਰਦੀ ਆ ਐਵੇਂ, ਇਹਦਾ ਝੂਠ ਬਾਈ ਜੀ ਕਰਦੀ ਆ, ਤੇ ਇਹ ਐਵੇਂ ਕਿਸੇ ਦਾ ਕਹੀਏ ਵੀ ਕਿਵੇਂ ਆ, ਹੁਣ ਇੱਕ ਪਾਸੇ ਨੂੰ ਭਲ ਪੈ ਗਈ, ਹਾਂ ਤੇ ਤਾਂ ਲੱਗਦਾ ਤੇ ਇਧਰੋਂ ਸਾਈਡ ਤੋਂ ਸਾਹਮਣੇ ਵਾ ਦੇ ਬਾਈ, ਦੇਖੋ ਬਾਈ ਗੈਬ ਗੂਬ ਦੇਖੋ ਮੱਝ ਦਾ,
ਤਾਂ ਹੀ ਖੋਲ ਕੇ ਦਿਖਾਈ ਆ ਬਾਈ ਤੁਹਾਨੂੰ। ਇਹ ਤਿਆਰ ਹੀ ਆ ਬਸ ਇੱਕ ਦੋ ਦਿਨ ਆ ਜਾ। ਹਾਂ ਮੋੜ ਲਿਆ ਬਾਈ, ਮੋੜ ਦਿਆ। ਇਹ ਤਿਆਰੀ ਆ ਬਾਈ। ਬਾਈ ਨੇ ਇੱਕ ਚੀਜ਼ ਹੋਰ ਵੀ ਆਖੀ ਆ ਬਾਈ, ਕਹਿੰਦਾ ਜੇ ਪਰਲੇ ਥਾਂ ਦਾ ਤੁਹਾਨੂੰ ਕੋਈ ਵੀ ਵਹਿਮ ਲੱਗਦਾ ਤੇ ਭਾਵਾਂ ਦੀ ਸੂਕੇ ਦੁੱਧ ਧੋਲ ਕੇ ਲੈ ਜਾਓ, ਤੇ ਆਰਡਰ ਦਾ ਦੇਖੋ ਗਿੱਠ ਗਿੱਠ ਤੇ ਜਾ ਕੇ ਬਾਈ ਥਾਣਾ ਤਾਂ ਬਹੁਤ ਜ਼ਿਆਦਾ ਚੰਗੀ ਮੱਝ ਆ ਬਾਈ। ਹਾਂ ਦੁੱਧ ਵਾਲੀ। ਤੇ ਬਾਈ ਕਹਿੰਦਾ ਬਾਈ ਸਾਡੇ ਕੋਲ ਤਾਂ 17-18 ਲੈਂਦੇ ਹੁੰਦੇ ਸੀ, ਸਾਡੇ ਕੋਲ ਤਾਂ ਪਸ਼ੂ 35-40 ਸੀਗੇ ਬਾਈ, ਦੂਜੇ ਵੇਚੀ ਜਾਂਦੇ ਜਿੰਨੇ ਰਹਿ ਗਏ ਇਹ ਵੀ ਵੇਚ ਦੇਣੇ ਆ, 25 ਠੀਕ ਹੈ, 25-25 ਪਹਿਲਾਂ ਉਹ ਕਰਤੇ ਤੇ ਹੁਣ ਬਾਕੀ ਵਾਲੇ ਆ, ਹੁਣ ਵੀ ਸਾਰੇ ਜਿਹੜਾ ਮਰਜ਼ੀ ਸਾਡ ਲਓ। ਸੀਗੀ ਹਾਂਜੀ ਹਾਂਜੀ ਅੱਛਾ, ਇਹ 29 ਦੀ ਹੈਗੀ ਬਾਈ। ਤੇ ਇਹ ਕਿਵੇਂ ਆ ਗੱਬਣ? ਇਹ ਗੱਬਣ ਆ 7 ਮਹੀਨੇ ਦੀ ਗੱਬਣ ਆ ਇਹ। ਓਕੇ 7 ਮਹੀਨੇ ਦੀ ਗੱਬਣ ਆ, ਸੁਣਿਆ ਨੇ ਤੋਂ ਗੱਬਣ ਆ ਇਹ। ਇਹਨੇ ਪਹਿਲਾਂ ਨਹੀਂ ਸੁਣਾ? ਹਾਂ ਪਹਿਲੇ ਦੂਜੇ ਸੂਏ ਆ। ਓਕੇ ਪਹਿਲੇ ਸੂਏ ਬਈ ਇਹਦਾ ਕੋਲ 14 ਕਿਲੋ ਠੰਡਾ ਦੁੱਧ ਸੀ। ਓਕੇ ਤੇ ਫਿਰ ਵਿੱਚ ਇਹ ਆ ਗਈ ਗਊ, ਇਹ ਗਊ ਆਪਣੀ ਰਹਿ ਗਈ ਆ, ਇਹ ਰੱਖਾਂਗੇ ਘਰੇ ਆ ਕਰੀ। ਅੱਛਾ ਇੱਕ ਵਾਰੀ ਘਰੇ ਚੱਲ, ਇੱਕ ਅੱਧੀ ਦਾ ਫਿਰ ਸੀਲ ਜੀ ਤੁਰੀ ਫਿਰਦੀ ਆ। ਤੇ ਇੱਕ ਚੀਜ਼ ਬਾਈ ਜੀ ਹੋਰ ਆ, ਬਾਈ ਕਹਿੰਦਾ ਸੀ ਗੱਬਣਾ ਬਾਈ, ਗੱਗਾ ਡਾਕਟਰ ਸਾਡੇ ਨਾਲ ਆਇਆ ਸੀ, ਆ ਲਿਫਾਫਾ ਲਾ ਕੇ ਹੁਣੀ ਛੱਟਿਆ, ਪਹਿਲਾਂ ਗੱਗੇ ਤੋਂ ਗੱਬਣ ਕਰਾਂਗਾ, ਚੈੱਕ ਕਰਵਾ ਕੇ ਉਹ ਵੀ ਮੱਝ ਪਰਲੀ ਚੈੱਕ ਕਰਵਾਈ ਬਾਈ, ਇਹ ਵੀ ਚੈੱਕ ਕਰਵਾਈ ਵੀ ਜਰਾ ਐਂ ਨਾ ਹੋ ਜਾਵੇ ਵੀ ਆਪਾਂ ਵੀਡੀਓ ਦੇ ਵਿੱਚ ਵੀ ਆਪਾਂ ਕਹਿ ਬੈਠੀਏ ਵੀ ਗੱਬਣਾ ਕੋਈ ਭਰਾ ਲੈ ਜੇ ਹੈ ਨਾ, ਮੁੜ ਕੇ ਗਲਤ ਹੋ ਜਾਵੇ ਕੰਮ ਤਾਂ। ਪਰ ਪਹਿਲਾਂ ਚੈੱਕ ਕਰਵਾਂਗਾ। ਆਹ ਬਾਈ ਹੈਗੀ ਹੈ 2.5 ਮਹੀਨੇ ਦੀ ਹੈ ਨਾ, ਤੇ ਉਹ 4 ਦੀ ਹੈ ਨਾ, ਤੇ ਡਾਲਰ ਦੀ ਹੈ ਸਾਨੂੰ ਚਿੰਤਾ, ਤੇ ਮੱਝ 2 ਮਹੀਨਿਆਂ ਦੀ, ਤੇ ਕਿਉਂਕਿ ਸਾਰਾ ਕੁਛ ਡਾਲਰ ਤੋਂ ਡਾਕਟਰ ਦੇ ਟੀਕੇ ਕਿਉਂਕਿ ਸਾਰੇ ਇਹੀ ਭਰਦਾ, ਤੇ ਇਹ ਵੀ ਤੁਸੀਂ ਗਾਂ ਜਿਹੜਾ ਚੈੱਕ ਕਰ ਸਕਦੇ ਆ। ਤਾਂ ਬਾਈ ਇਹਦਾ ਦੁੱਧ ਕਿੰਨਾ ਗਾਂ ਦਾ? ਦੋਨਾਂ ਥੱਲੇ ਬਾਈ ਦੁੱਧ 18-18 ਕਿਲੋ ਆ ਇਸ ਟਾਈਮ, ਪਰ ਆਪਾਂ 16 ਕਿਲੋ ਕਰਕੇ ਦੇਣਾ। ਆਪਾਂ 16 ਕਿਲੋ ਕਰਕੇ ਦੇਣੀ ਆ, 4 ਮਹੀਨੇ ਦੀ ਗੱਬਣ ਜੀ ਆ, 2.5 ਮਹੀਨੇ ਦੀ ਗੱਬਣ, ਦੁੱਧ ਦੋਨਾਂ ਥੱਲੇ 17-17 18-18 ਕਿਲੋ ਆ, ਪਰ ਦੇਣੀ 16 ਕਿਲੋ ਕਹਿ ਕੇ ਆ, ਠੀਕ ਆ। ਤੇ ਆਰਡਰ ਦੇਖੋ ਜੀ, ਆ ਪਹਿਲੇ ਆ ਨਾ, ਪਹਿਲੇ ਜੋ ਦੂਜੇ ਬਣੀ ਬਾਈ, ਇਹਨੇ ਬਾਈ ਦੁੱਧ ਕਿੰਨਾ ਦਿੱਤਾ ਸੀ ਫੁੱਲ ਆਪਣੇ ਕੋਲੇ ਪਹਿਲੇ ਸੂਏ ਜਮ ਪੀਕ 27 ਕਿਲੋ ਦਾ ਤੇ ਪੀਕ ਤੇ ਹਨ ਜਾਵੜ ਦੀ, ਫਿਰ ਆਪਾਂ ਰਾਚਣ ਪਤਾ ਉਸ ਹਿਸਾਬ ਨਾਲ ਪਾਉਣੇ ਵੀ ਆਪਾਂ ਲੰਮਾ ਦੁੱਧ ਚੋਈ ਜਾਣਾ, ਬਾਲਾ ਇੱਕ ਵਾਰੀ ਚੈੱਕ ਜੇ ਕਰ ਲੈਣੇ ਆਪਣਾ ਮਨ ਨੂੰ ਸੰਤੁਸ਼ਟੀ ਹੁੰਦੀ। ਓਕੇ ਤੇ ਪਰਲੀ ਕਿਵੇਂ ਸੂਏ ਸੀ? ਉਹ ਬਾਈ ਤੀਜੇ ਸੂਏ ਸੁਣਾ, ਤੇ ਉਹ ਪੀਕ ਟਾਈਮ ਤੇ ਕਿੰਨਾ ਦਿੰਦੀ? ਉਹ 32 ਕਿਲੋ ਦਾ ਸੀ, 32 ਕਿਲੋ ਸੀ। ਨਹੀਂ ਬਹੁਤ ਸੋਹਣਾ ਇਹਦਾ ਪਹਿਲੇ ਸੂਏ, ਬਹੁਤ ਸੋਹਣਾ, ਛੋਟੀ ਆ ਫਿਰ ਇਹ ਉਮਰ ਦੀ ਇਸ ਹਿਸਾਬ ਨਾਲ। ਆਹ ਗਲਾਵਜ਼ ਪਿਆ ਜੀ, ਤੇ ਆ ਪਿਆ ਬਾਈ ਜੀ ਗਲਾਵਜ਼ ਜੀ ਦੇਖੋ, ਤੇ ਉਦੋਂ ਬਾਅਦ ਆ ਮੱਝ ਚੱਕ ਕੀਤੀ ਸੀ, ਤੇ ਇਹ ਵੀ ਜੇ ਤੁਹਾਨੂੰ ਦਿਖਾਈਏ ਕੱਟੀ ਦੀ ਮਾਂ ਜਿਹੜੀ, ਇਹ ਕੱਟੀ ਦੀ ਮਾਂ, ਇਹਨੂੰ ਕੱਢ ਯਾਰ, ਸਹੀ ਗੱਲ, ਇਹ ਪਰ ਡਰੂਗੀ ਬਾਈ, ਡਰਦੀ ਤਾਂ ਨਹੀਂ ਬਾਈ। ਇਹਦਾ ਇੱਕ ਵਾਰੀ ਆਰਡਰ ਦੇਖਿਓ ਵੀਰੇ, ਸਿੰਘ ਟੰਨੀ ਨਾ ਚੱਕਿਓ, ਤਾਂ ਨੀਲੀ ਰਾਵੀ ਦੀ ਆ, ਅੱਖ ਥੋੜ੍ਹੀ ਜਿਹੀ ਘੱਟ ਆ, ਅਤੇ ਜਿਹੜਾ ਆਰਡਰ ਉਡਰ ਆ ਤੁਸੀਂ ਇਹਨੂੰ ਇੱਕ ਵਾਰੀ ਬਾਈ ਚੈੱਕ ਕਰੋ, ਜੇ ਕੋਲੇ ਜਾਂਦੇ ਇਹ ਡਰਦੀ ਆ ਬਾਈ, ਦੇਖੋ ਬਾਈ ਗਾਇਬ ਉਹ, ਤੁਹਾਨੂੰ ਹੌਲੀ ਹੌਲੀ ਐਂ ਜਮਾਂ ਚੱਡੇ ਕੋਲੇ ਕਰਕੇ ਏਬੀਸੀ ਵਾਲਿਆਂ ਕੋਲੇ ਆ ਨਾ। ਲੈ ਬਾਈ ਦੇਖੋ, ਥਾਂ ਥੂਣ 'ਤੇ ਆਰਡਰ ਮਗਰੋਂ ਵੀ ਦੇਖੋ ਬਾਈ, ਲਓ ਚੈੱਕ ਕਰੋ, ਲਓ ਬਾਈ ਹੁਣ ਦੇਖੋ, ਲੈ ਖੜ ਗਈ ਆਪ ਹੀ ਆਰਡਰ ਜਿਹੜੇ ਸਾਈਡ ਨੂੰ ਅੱਗੇ ਦੇਖ ਬਾਈ, ਕਿੰਨਾ ਸੋਹਣਾ ਲੱਗਦਾ ਹੈ ਨਾ, ਦੂਜੀ ਵਾਰ ਹੀ ਕਰਦਾ, ਬਹੁਤ ਸੋਹਣਾ ਬਾਈ। ਇਹ ਹੁਣ ਗੱਬਣ ਹੈ, ਅੱਜ ਚੈੱਕ ਪਾਸ ਹੋ ਗਈ, ਚੈੱਕ ਪਾਸ ਹੋ ਗਈ, 2 ਮਹੀਨਿਆਂ ਦੀ ਗੱਬਣ ਹੈ ਬਾਈ ਜੀ। ਇਹ ਤੇ ਦੁੱਧ ਕਿੰਨਾ ਦੇਈ ਜਾਂਦੇ ਆ ਬਾਈ? 11 ਕਿਲੋ, 12 ਕਿਲੋ ਆ ਬਾਈ, ਕਹਿੰਦਾ 11 ਹੀ ਕਹਿਣਾ ਇਹਦਾ ਵੀ। ਆ ਪੀਸੀ 483 ਖਾਣ ਤੋਂ ਗੱਬਣ ਆ। ਅੱਛਾ ਇਹ ਪੀਸੀ 483 ਦੀ, ਜਿਹੜਾ ਛੋਟਿਆ ਬੰਦਾ ਉਹੀ ਪੈਸੇ ਲਾਊਗੇ ਤੇ। ਓਕੇ ਓਕੇ, ਦੇਖੋ ਬਾਈ ਇਹ ਵੀ ਪਿੱਠ ਪੁੱਠ ਦੀ ਬਹੁਤ ਜ਼ਿਆਦਾ ਚੰਗੀ ਹੈ ਨਾ, ਪਿੱਠ ਪੁੜਾ ਦੇਖੋ ਬਾਈ, ਹੈ ਨਾ, ਠੰਡਾ ਹੀ ਦਿੱਤਾ ਸੀ 18 ਇਹਨੇ ਬਾਈ, ਉਹ ਵੀ ਸੋਹਣੀ ਹੈ ਨਾ, ਸੁਨੱਖੀ ਹੈ ਝੋਟੀ, 7 ਮਹੀਨਿਆਂ ਦੀ ਗੱਬਣ ਆ ਬਾਈ। ਓਕੇ 7 ਮਹੀਨਿਆਂ ਦੀ ਗੱਬਣ ਆ ਬਾਈ, ਤੋਂ ਗੱਬਣ ਐਤ ਕੇ ਸਾਰਾ ਖਾਣ ਹੀ ਲਾਇਆ ਆਪਾਂ, ਐਤ ਹੀ ਖਾਣ ਹੀ ਲਿਆ ਸਾਰਾ, ਤੇ ਪਰਲੀਆਂ ਆਪਣੀਆਂ ਦੋਨੇ ਸੇਲ ਹੋਈ ਗਈਆਂ। ਹਾਂ ਉਹ ਦਿਖਾਉਣੀਆਂ, ਦਿਖਾ ਸਕਦਾ ਹਾਂ, ਊਂ ਆ ਜਾ ਦਿਖਾ ਦਿੰਦੇ ਆ ਬਾਈ, ਉਹ ਹੁਣ ਥੋੜਾ ਜਿਹਾ ਟਾਈਮ ਹੀ ਹੋਇਆ, ਤਾਂ ਇਹ ਦੋਨੇ ਜਿਹੜੀਆਂ ਸੇਲ ਕਰਤੀਆਂ, ਇਹ 10-99 ਖਾਣ ਤੋਂ ਗੱਬਣ, ਤੇ ਇਹ ਕਿਹੜੇ ਤੋਂ ਸੀ ਲੰਡੀ? ਇਹ ਵੀ ਖਾਣ ਤੋਂ ਗੱਬਣੀ ਆ, ਇਹਨੇ ਕੱਟਾ ਦਿੱਤਾ, ਅੱਜ ਸੂਈ ਆ ਕੱਲ? ਕੱਲ ਸਵੇਰੇ ਸੂਈ ਹੈ। ਤਾਂ
ਬਾਈ ਜੀ ਤੁਹਾਨੂੰ ਨੰਬਰ ਸਕਰੀਨ 'ਤੇ ਵੀ ਚੱਲੂਗਾ ਬਾਈ ਦਾ, ਅਤੇ ਇੱਕ ਵਾਰੀ ਤੁਹਾਨੂੰ ਬਾਈ ਦਾ ਕਨੈਕਟ ਨੰਬਰ ਅਸੀਂ ਬੋਲ ਕੇ ਵੀ ਦੱਸ ਦਿੰਦੇ, ਬਾਕੀ ਸਕਰੀਨ ਦੇ ਉੱਤੇ ਨੰਬਰ 2 ਮਿੰਟਾਂ ਦੀ ਵੀਡੀਓ ਤੋਂ ਬਾਅਦ ਨੰਬਰ ਚੱਲ ਪੈਂਦਾ ਹੁੰਦਾ ਜੀ, ਅਤੇ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹਾਂ, ਹੈ ਨਾ। ਅਤੇ ਬਾਈ ਜੀ ਨੰਬਰ ਬੋਲਿਓ। ਨੰਬਰ ਹੈਗਾ ਬਾਈ 98724 98724 81 82 1 ਹਾਂਜੀ ਠੀਕ ਹੈ ਜੀ, ਦੁਬਾਰੇ ਫਿਰ ਦੱਸ ਦਿਓ। 98724 81 82 1 ਨਾਮ ਸਤਵੰਤ ਸਿੰਘ, ਨਾਮ ਸਤਵੰਤ ਸਿੰਘ, ਜ਼ਿਲ੍ਹਾ ਮੋਗਾ, ਪਿੰਡ ਬੁੱਗੀਪੁਰਾ ਗਿਆ, ਜ਼ਿਲ੍ਹਾ ਮੋਗਾ ਗਿਆ। ਤੇ ਹੋਰ ਕੋਈ ਕਨੈਕਟ ਨੰਬਰ? ਹਾਈਵੇ ਤੋਂ ਇਹ ਵੀ ਦੱਸ ਦਿਓ। ਓਕੇ, ਤੇ ਹੋਰ ਕੋਈ? ਆ ਬਸ ਇਹ ਸੇਲ ਹੋ ਗਿਆ ਤਾਂ ਦਿਖਾਈ ਆ ਵੀ ਸਾਰੇ ਡੰਗਰ ਸੀ ਉਹਦੇ ਵਿੱਚੋਂ, ਇਹ ਮਤਲਬ ਪਹਿਲ ਦੇ ਆਧਾਰ ਤੇ ਵਿਕੇ ਆ ਵੀਡੀਓ ਤੋਂ ਪਹਿਲਾਂ ਹੀ। ਹਾਂ ਵੀ ਬਿਲਕੁਲ ਵੀ ਇਹ ਅੱਜ, ਹਾਂ ਇਹ ਸੇਲ ਹੋ ਗਏ ਦੋਨੇ ਇਕੱਠੇ, ਜੋੜਾ ਸੇਲ ਹੋ ਗਿਆ। ਤਾਂ ਬਾਕੀ ਜਿਹੜੀਆਂ ਵੀ ਵੀਡੀਓ ਤੁਹਾਨੂੰ ਚੀਜ਼ ਦਿਖਾਈ ਆ, ਕਿਸੇ ਮਰਜ਼ੀ ਬਾਰੇ ਪੁੱਛ ਸਕਦੇ ਆ, ਜਿਹੜੀ ਚੀਜ਼ ਚੰਗੀ ਲੱਗਦੀ ਤਾਂ ਸਕਰੀਨਸ਼ਾਟ ਕੱਟੋ, ਤਾਂ ਕੋਈ ਕੱਟੀ ਜੀ ਲੱਗਦੀ ਹੈ ਚੰਗੀ, ਕੁਛ ਵੀ ਲੱਗਦਾ ਉਹਦਾ ਸਕਰੀਨਸ਼ਾਟ ਕੱਟ ਕੇ ਬਾਈ ਨੂੰ ਭੇਜੋ, ਰੇਟ ਪੁੱਛ ਲਓ। ਬਾਈ ਵਾਧੂ ਦੱਸਿਆ ਨਹੀਂ, ਸਟੋਕ ਵੀ ਸਾਂਭੇ ਪਏ, ਅੱਧੇ ਹੋ ਜ਼ਿਆਦਾ ਦਾ ਤੁਹਾਨੂੰ ਰਿਕਾਰਡ ਦੇ ਦਿਆਂਗੇ ਸਾਰਾ, ਕਿਤਾਬ ਕਾਪੀ ਚ ਲਾ ਕੇ ਇੱਕ 'ਚ ਮਤਲਬ 6-7 ਸਾਲਾਂ ਦਾ ਰਿਕਾਰਡ ਸਾਰਾ ਪਿਆ ਵਾ। ਓਕੇ, ਉਹ ਆਪਾਂ ਵਿੱਚ ਬੋਲਿਆ ਨਹੀਂ ਵੀ ਕੱਲ ਨੂੰ ਅਗਲਾ ਕਹੂਗਾ ਜਦੋਂ ਬੰਦਾ ਪਹੁੰਚੇ ਜਿੰਨੀ ਅਸੀਂ ਗੱਲ ਕਹੀ ਆ ਉਦੋਂ ਵੱਧ ਨਿਕਲੇ ਘੱਟ। ਬਾਈ ਨਜ਼ਾਰੇ ਫੇਰ ਹੈ ਕਿ ਆਪਾਂ ਮੂੰਹ ਵੀ ਦਿਖਾਉਣਾ ਬਾਈ ਨਾਲ, ਹੈ ਨਾ, ਹਰ ਇੱਕ ਥਾਂ ਦੇ। ਆਪਾਂ ਤਾਂ ਤਸੱਲੀ ਕਰਕੇ ਪਾਉਣੇ ਹੁੰਦੇ ਆ ਵੀ ਆਪਣਾ ਬੰਦਾ ਯਾਰ ਉਹਦਾ, ਹਨਾ। ਤਾਂ ਹੀ ਵੀਰਾਂ ਦੀ ਅੱਜ ਤੁਹਾਡੇ ਨਾਲ ਵੀ ਕੀਤੀ ਆ ਸ਼ੇਅਰ, ਦੇਖ ਲਓ ਜੇ ਅੱਜ ਕੋਈ ਡਾਊਟ ਐਨ ਲੱਗਿਆ ਵੀ ਯਾਰ ਗਾਵਾਂ ਨਾਲੇ ਪਤਾ ਸੀਗਾ ਵੀ ਗੱਬਣਾ ਵੀ, ਚੱਲ ਕਹਿਣ ਤੋਂ ਪਹਿਲਾਂ ਵੀ ਯਾਰ ਤਿੰਨੇ ਗੱਬਣਾ, ਇੱਕ ਮੱਝ ਕਰਾਈਏ ਵੀ ਆਪਾਂ ਚੈੱਕ ਵੀ ਕਰ ਲਈਏ। ਹਾਂ ਵੀ ਆ ਜਾ ਕੇ ਬਿਲਕੁਲ ਜੀ, ਆਪਾਂ ਲੋਕਾਂ ਨੂੰ ਨਾਲੇ ਹਰੇਕ ਵੀਡੀਓ ਪਾ ਦਿੰਦਾ ਬਾਈ ਫਲਾਣੇ ਆਏ ਕਿਹਾ ਤੇ ਮੁੜ ਕੇ। ਬਿਲਕੁਲ, ਬਾਕੀ ਫੈਲੋ ਫਾਰਮ ਐਸੋਸੀਏਸ਼ਨ ਨਾਲ ਵੀ ਵੱਧ ਤੋਂ ਵੱਧ ਜੁੜੋ ਜੀ, ਤਾਂ ਸਾਰੇ ਭਰਾ ਵੱਧ ਤੋਂ ਵੱਧ ਮੈਸੇਜ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਜੇ ਚੰਗੀ ਲੱਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ, ਦੇਖੋ ਤੁਹਾਡੇ ਵਾਸਤੇ ਸਟੋਕ ਆ, ਚੱਕ ਲਓ, ਮੰਨ ਲਓ ਜਿਹਨੂੰ ਚਾਹੀਦਾ ਫੋਨ ਆਈ ਜਾਂਦਾ, ਗਾਵਾਂ ਵਾਲਿਆਂ ਨੂੰ ਮੱਝਾਂ ਚਾਹੀਦੀਆਂ, ਹਰ ਚੀਜ਼ ਦੀ ਪਈ ਹੈ। ਜਿਵੇਂ ਅਗਲਾ ਕਹਿੰਦਾ ਹੁੰਦਾ ਭਾਈ ਐਸੀ ਸਿੰਘ ਤੋਂ ਕੀ ਕਰਾਉਣਾ ਦੁੱਧ ਹੋਵੇ, ਉਹ ਵੀ ਚੀਜ਼ ਪਈ ਹੈ। ਜੇ ਸਨੱਖੀ ਲੈਣੀ ਆ ਉਹ ਵੀ ਪਈ ਹੈ, ਕੋਈ ਮਰਜ਼ੀ ਲੈ ਲਓ ਯਾਰ, ਦੁਕਾਨ ਵਾਂਗੂ ਸਾਰਾ ਸਟੋਕ ਫੁੱਲ ਹੈ। ਕੁਆਲਿਟੀ ਤੇ ਕੁਆਂਟੀਟੀ ਦਾ ਫਰਕ ਰਹਿਣਾ ਹੀ ਆ, ਇਹਨੇ 10 ਸਾਲ ਲਾਈ ਬਰੀਡਿੰਗ ਨੂੰ, ਹਨਾ। ਬਿਲਕੁਲ, ਦੂਜੇ ਸੂਏ ਆ, ਬਿਲਕੁਲ ਹਾਂਜੀ। ਉਹ ਸਾਰੇ ਆਪ ਲਿਆ ਕੇ ਅਸੀਂ ਜਾਂਦੇ ਰਹੇ ਇਕੱਠੇ ਸੀਮਨ, ਉਹ ਸਾਰਾ ਲਾਇਆ ਹੋਇਆ। ਤੇ ਜਿਹੜਾ ਸ਼ਕੀਨ ਹੋਇਆ ਜਿਵੇਂ ਉਹ ਹੈਗੀ 70-75-10-56-99 ਦਾ ਹੋ ਗਿਆ ਅਗਲਾ ਕਰਾ ਸਕਦਾ। ਲੈ ਦੇਖੋ ਇਦੋਂ ਵੱਡੀ ਗੱਲ ਕੀ ਆ ਬਾਈ ਜੀ। ਤਾਂ ਠੀਕ ਆ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਤਾਂ ਵਧੀਆ ਲੱਗੀ ਵੀਡੀਓ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ।